सत श्री अकाल जी सारिआं नूं, वेलकम बैक टू माई चैनल। अज का ब्लॉग हैगा जी गुरु घर बारे। एक बहुत ही सराहनीय काम आ जिहड़ा साडा टाका नीनी गुरद्वारा, न्यूजीलैंड का सब तो वड्डा गुरद्वारा, जिहड़ा कि हमेशा ही साडी कम्यूनिटी वास्ते स्टैंड करदा। असीं उहदे बारे शूट कर रहे हां अज। तो ये गल हैगी आ कि भी जदों भी कोविड का लैवल 4 हुंदा, पिछले साल भी सीगा, तो साडे गुरद्वारे ने सारी ही लोगों नूं जिन्हें भी अलग अलग कम्यूनिटीज़ तो बिलोंग करते हैं उन्हां नूं फूड सर्व किया, तो वॉलंटियर्स ने काम किया। तो अज आप भी फूड लैंड चले हैगे हां। तो अज तुहानूं दिखाउंदे आ गुरद्वारा साहिब बाहरले पास्यों, तो चाहे गुरद्वारा साहिब आप जा सकते हैं नहीं जा सकते कि, पर गुरु का लंगर हमेशा ही चलता रहता है चाहे कहे जे भी हालात होन दुनिया के। अज दिखाई आप गेट नंबर 3 तो एंटर होना नदी धन गुरु नानक आ गया अपना न्यूजीलैंड का सब तो वड्डा गुरद्वारा टाकानीनी गेट नंबर 2 ते आ गड्डियां एंटर हो रही ने फूड वास्ते। आप भी इतों ही जावे तो लाइन च लग जाएंगे। बस अपना जाना आप लाइन च लग जाना। तो आ फूड पिया है इतने, तो आ गुरुद्वारे की बिल्डिंग आ। तो हमने मैं तुम्हें दिखाई हाँ बाई पिछे डिग्गी खोलूगा आके, है ना, तो समान रख देना बाई इकट्ठा कर रहा अपन की देना उन्होंने। तो खालसा भाई फतेह जी साहब भाई किसी को फतेह जी अपन फूड मिल गया, गड्डी बंद करती तो हम आप इतने निकलेंगे। असं मास्क लाए हुए मैं भी तो नवदीप ने भी दोनों ने सेम थान तो बाहर निकलना। ਤੇ ਆਪਾਂ ਹੁਣ ਗੇਟ ਦੇ ਇੱਥੋਂ ਬਾਹਰ ਨਿਕਲ ਗਏ ਆ, ਇੱਥੇ ਐਂਟਰ ਕੀਤਾ ਸੀ। ਤੇ ਆ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇਖ ਸਕਦੇ ਹੋ। ਜਦੋਂ ਆਪਾਂ ਇਸ ਜਗ੍ਹਾ ਤੋਂ ਐਂਟਰ ਹੋ ਕੇ ਉੱਥੇ ਹੀ ਵੱਡੀ ਗੱਡੀ ਪਾਰਕ 'ਚ ਲਾ ਦੇਣੀ ਆ, ਪਾਰਕਿੰਗ 'ਚ ਲਾ ਕੇ ਉਹ ਸਮਾਨ ਰੱਖ ਦਿੰਦੇ ਆਪਾਂ ਆ ਜਾਣਾ। ਅਤੇ ਬਹੁਤ ਵਧੀਆ ਉਸ ਡੋਰ ਅੱਗੇ ਉਧਰਲੇ ਡੋਰ ਦੀ ਆ ਕੇ ਇੱਦਾਂ ਆਈਦਾ, ਪਰ ਜੋ ਉੱਥੇ ਵੈਕਸੀਨ ਲੱਗ ਰਹੇ ਆ ਕੋਵਿਡ ਦੇ ਗੁਰਦੁਆਰਾ ਸਾਹਿਬ 'ਚ, ਉਹਨਾਂ ਨੇ ਅਵੇਲੇਬਿਲਟੀ ਕੀਤੀ ਹੋਈ ਆ ਵੀ ਤੁਸੀਂ ਆਓ ਉੱਥੇ ਵੈਕਸੀਨ ਲਗਾ ਸਕਦੇ ਹੋ। चलो जी आप देखते हैं बाबा जी ने की आपां नूं भेजिया गिफ्ट अपने लिए। चलो देखना शुरू करिए। एक है जी अपनी जी ब्रेड का पैकेट, होल मील ब्रेड, चलो जरा वो इधरले पासे रख लो बुद्ध, ठीक है। एक कुकंबर सो वेरी वेरी हेल्दी प्लांट बेस्ड योगर्ट आ, डेयरी फ्री आ है। एक दो दो चार पांच पांच मिल गए जरा और अपन नजारे खा सकते हैं अपन। ये आ की चीज आ है कीवीज, प्लेंटी ऑफ कीवीज आई थिंक सो, दो चार आठ तक होनी है ना जी, खोलो मेनू खोल दो। ਬਾਬਾ ਨਾਨਕ ਦਾ ਸਾਰੇ ਸਾਈਂ ਦਾ ਅੰਤਨ ਕਰਾਈ ਜਾਂਦਾ। 1 2 3 4 5 6 7 8 8 ਕੀਵੀਜ਼ ਨੇ ਸਾਡਾ, 3 4 ਦਿਨ ਆਰਾਮ ਨਾਲ ਕੰਮ ਚੱਲੂਗਾ ਇਹਨਾਂ ਦੇ ਨਾਲ। ਵਾਓ ਬਨਾਨਾ ਹਾਂ, ਤੇ ਅਨੀਅਨ ਕਿੰਨੇ ਸਾਰੇ ਅਨੀਅਨ, ਇਨਫ ਨੇ ਬਾਬਾ ਜੀ ਨੇ ਕਿੰਨੀ ਸਾਰੀ ਵੈਰਾਈਟੀ ਦਿੱਤੀ ਆ ਹੈ। ਔਰੇਂਜਸ ਵੀ ਹੈਗੇ ਇਹਦੇ ਵਿੱਚ, ਹੈ ਨਾ, ਵੇਟ ਮੈਂ ਹੁਣ ਵਿੱਚ ਰੱਖ ਦਿਨੇ ਰੱਬੀ ਹਨ। ਇਹਦੇ ਵਿੱਚ ਐਪਲ ਵੀ ਹੈਗੇ ਆ, मतलब प्याज दी वैरायटी जी है। अच्छा सब्जी दे विच पै जांदा, मैं कदे नहीं खरीदी कदे नहीं खादी, बट हां मैं इनू ट्राई करूंगी खाऊंगी। आ गए मल्टी ग्रेन होने, ये क्रैकर्स या। अच्छा
ਇਹ ਕ੍ਰੈਕਰਸ ਨੇ ਤੇ ਆ ਕੀ ਆ ਅੰਕਲ ਬੀਨਸ ਮੈਕਸੀਕਨ ਰਾਈਸ ਐਂਡ ਬੀਨਸ ਮਤਲਬ ਰੈਡੀ ਟੂ ਈਟ ਆ ਨਾ ਖਾਣ ਵਾਸਤੇ ਮੈਂ ਕਦੇ ਨਹੀਂ ਖਾਦੇ ਪਰ ਹਾਂ ਲੌਕਡਾਊਨ ਚ ਖਾ ਲਾਂਗੇ ਨਾ ਬਾਬਾ ਜੀ ਨੇ ਸਮਾਨ ਭੇਜਿਆ ਤਾਂ ਤੇ ਇੱਕ ਆ ਸਕੁਐਸ਼ ਹੁੰਦਾ ਨਾ ਹਾਂ ਆ ਤੇ ਆ ਡਿਫਰੈਂਟ ਹੁੰਦੇ ਨੇ ਨਾ ਇਹ ਪੰਪਕਿਨ ਅੱਛਾ ਡਿਫਰੈਂਟ ਹੁੰਦੇ ਨਾ ਪਰ ਇਹ ਆਪਾਂ ਜਿਸ ਤਰ੍ਹਾਂ ਮਤਲਬ ਸਬਜ਼ੀ ਬਣਾ ਸਕਦੇ ਆ ਜਿਹੜੇ ਆਪਣਾ ਕੀ ਆ ਕੱਦੂ ਕਹਿੰਦੇ ਨੇ ਇਹਦੇ ਵਿੱਚ ਅੱਛਾ ਆ ਉਹ ਵਾਲਾ ਕੀ ਨਹੀਂ ਆ ਕੀ ਆ ਕੱਦੂ ਆ ਅੱਛਾ ਉਹ ਜਿਹੜਾ ਗ੍ਰੀਨ ਗ੍ਰੀਨ ਚੱਪਣ ਕੱਦੂ ਜਿਹਨੂੰ ਕਹਿੰਦੇ ਆ ਅੱਛਾ ਨਹੀਂ ਚੱਪਣ ਹਾਂ ਚੱਪਣ ਕੱਦੂ ਛੋਟਾ ਹੁੰਦਾ ਉਹ ਗ੍ਰੀਨ ਹੁੰਦਾ ਨਾ ਪਰ ਹਾਂ ਕੀ ਆ ਕੱਦੂ ਜਿਹੜਾ ਹੁੰਦਾ ਨਾ ਬਟ ਪੇਠਾ ਸੌਰੀ ਪੇਠਾ ਅੱਛਾ ਜਿਹੜਾ ਸੌਫਟ ਹੁੰਦਾ ਨਹੀਂ ਨਹੀਂ ਹਾਰਡ ਜਿਸ ਕੈਨ ਵਾਲਾ ਗ੍ਰੀਨ ਕਲਰ ਜਿਹੜਾ ਪੇਠਾ ਬੰਦਾ ਨਹੀਂ ਜਿਹਦੀ ਪੇਠ ਜਿਹੜਾ ਆਪਣੇ ਇੰਡੀਆ 'ਚ ਵੱਡਾ ਹੁੰਦਾ ਪੇਠੇ ਦੀ ਮਠਿਆਈ ਬਣਦੀ ਉਹ ਵੱਡਾ ਹੁੰਦਾ ਨਾ ਵੱਡਾ ਵੱਡਾ ਹਾਂ ਅੱਛਾ ਇਹ ਫਿਰ ਮੈਂ ਇਹ ਵੀ ਪਹਿਲੀ ਵਾਰ ਟਰਾਈ ਕਰਨਾ ਮੈਂ ਪੰਪਕਿਨ ਤਾਂ ਖਾਦਾ ਦੁੱਧ ਦੀ ਬੋਤਲ ਹਾਂ ਦੁੱਧ ਦੀ ਬੋਤਲ ਤੇ ਬਾਬਾ ਜੀ ਨੇ ਇੰਨਾ ਸਾਰਾ ਸਾਨੂੰ ਸਮਾਨ ਦਿੱਤਾ ਮਤਲਬ ਆਲਮੋਸਟ ਵੀਕ ਦੀ ਗਰੋਸਰੀ ਸਾਡੀ ਹੋ ਗਈ ਆ ਹਨਾ ਤੇ ਕਿਉਂਕਿ ਗਰੋਸਰੀ ਸਟੋਰਸ ਬੰਦ ਨੇ ਬਹੁਤ ਸਾਰੇ ਜਿਵੇਂ ਕਿ ਕਾਊਂਟਡਾਊਨ ਸਾਡੇ ਕੋਲੇ ਬਹੁਤ ਦਾ ਸੁਪਰ ਮਾਰਕੀਟ ਆ ਤੇ ਉਹ ਬੰਦ ਆ ਕਿਉਂਕਿ ਉੱਥੇ ਕੋਵਿਡ ਦੇ ਪੇਸ਼ੈਂਟਸ ਮਿਲ ਗਏ ਤੇ ਉਹ ਉਹਨਾਂ ਦਾ ਪੂਰਾ ਸਟਾਫ 21 ਸਟੋਰ ਉਹਨਾਂ ਦੇ ਕੁਆਰੰਟਾਈਨ ਨੇ ਖੁੱਲੇ ਪੈਕਿੰਗ ਸੀ ਹਨ ਉੱਥੇ ਵੀ ਸਮਾਨ ਬਹੁਤ ਇੰਨਾ ਜ਼ਿਆਦਾ ਮਹਿੰਗਾ ਮਿਲਦਾ ਜਿੰਦੀ ਜੇ ਕੱਲ ਸਮਾਨ ਲੈਣ ਗਏ ਥੋੜਾ ਬਹੁਤ ਗਰੋਸਰੀ ਲਈ ਨਾ ਕਿਤੇ ਜਾਣਾ ਬਹੁਤ ਡੈਲਟਾ ਕਰਕੇ ਥੋੜਾ ਜਿਹਾ ਔਖਾ ਲੱਗਦਾ ਬਾਹਰ ਜਾਣਾ ਤੇ ਬਾਬੇ ਨਾਨਕ ਦਾ ਚਲਾਇਆ 20 ਰੁਪਏ ਦਾ ਲੰਗਰ ਕਿੱਥੇ ਕਿੱਥੇ ਵਰਤਿਆ ਜਾ ਰਿਹਾ ਕਿੰਨੇ ਲੋਕਾਂ ਨੂੰ ਹੈਲਪ ਕਰ ਰਿਹਾ ਹਨਾ ਤੇ ਬਹੁਤ ਹੀ ਖੁਸ਼ੀ ਹੁੰਦੀ ਆ ਬੜਾ ਹੀ ਮਾਣ ਮਹਿਸੂਸ ਹੁੰਦਾ ਵੀ ਅਸੀਂ ਪੰਜਾਬੀ ਆ ਹਨਾ ਅਸੀਂ ਕਮਿਊਨਿਟੀ ਨਾਲ ਬਿਲੋਂਗ ਕਰਦੇ ਆ ਸਾਡਾ ਸਾਰੇ ਤਰ੍ਹਾਂ ਦੇ ਲੋਕ ਆ ਰਹੇ ਇਕੱਲੇ ਪੰਜਾਬੀ ਨਹੀਂ ਉਹਨਾਂ ਦਾ ਬੜਾ ਵਧੀਆ ਸਿਸਟਮ ਹੁੰਦਾ ਹਾਂ ਨਹੀਂ ਉੱਥੇ ਤਾਂ ਸਾਰੇ ਜਾ ਸਕਦੇ ਬਟ ਆਪਦੇ ਆਪ ਨੂੰ ਮਾਣ ਕਿਹੜੀ ਗੱਲ ਤੇ ਹੁੰਦਾ ਮੈਂ ਗੱਲ ਕਹਿ ਰਹੀ ਹਾਂ ਕਿ ਬਈ ਅੱਛਾ ਲੱਗਦਾ ਬਾਕੀ ਤੁਸੀਂ ਬੁੱਕ ਕਰ ਸਕਦੇ ਹੋ ਆਨਲਾਈਨ ਬੜਾ ਸਿਸਟਮ ਵਧੀਆ ਬਣਾਇਆ ਉਹਨਾਂ ਨੇ ਤੁਸੀਂ ਕਿਵੇਂ ਗੱਡੀ ਕਿਦਾਂ ਨੰਬਰ ਪਲੇਟ ਤੇ ਰਜਿਸਟਰ ਕਰੀ ਜੀ ਉਹ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਸੁਪਰੀਮ ਸਿੱਖ ਸੋਸਾਇਟੀ ਦੀ ਤੁਸੀਂ ਫੇਸਬੁੱਕ ਤੇ ਪੇਜ ਫੋਲੋ ਕਰ ਲਿਓ ਤੇ ਉਹਦੇ ਤੋਂ ਹੀ ਜਿਹੜੀ ਉਹ ਪੋਸਟ ਪਾਉਂਦੇ ਆ ਉਹਦੇ ਤੇ ਲਿੰਕ ਖੁੱਲ ਜਾਂਦਾ ਉਹਦੇ ਤੇ ਜਾ ਕੇ ਆਪਦਾ ਐਡਰੈਸ ਨਾਮ ਤੇ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਪਾਉਣਾ ਹੁੰਦਾ ਤੇ ਫਿਰ ਉਹ ਸਲੋਟ ਅਵੇਲੇਬਲ ਹੋ ਜਾਂਦਾ ਤੇ ਉਹਦੇ ਬਾਅਦ ਤੁਸੀਂ ਜਿਹੜਾ ਟਾਈਮ ਉਹਨਾਂ ਨੇ ਦਿੱਤਾ ਹੁੰਦਾ ਉਹਦੇ ਡਿਊਰਿੰਗ ਉੱਥੇ ਜਾਣਾ ਹੁੰਦਾ ਤੇ ਤੁਹਾਨੂੰ ਜਿਵੇਂ ਵੀਡੀਓ 'ਚ ਦਿਖਾਇਆ ਸੀ ਕਿ ਵੀ ਬਸ ਗੱਡੀ ਲਿਜਾਣੀ ਆ ਖੜੀ ਕਰਨੀ ਆ ਜਿਹੜੇ ਵਾਲੰਟੀਅਰ ਨੇ ਉਹ ਆਪੇ ਹੀ ਗੱਡੀ 'ਚ ਸਮਾਨ ਰੱਖ ਦਿੰਦੇ ਨੇ ਤੇ ਆਪਦੀ ਗੱਡੀ ਮੂਵ ਕਰਕੇ ਲਿਆਓ ਬਟ ਮੇਕ ਸ਼ੋਰ ਕਿ ਤੁਸੀਂ ਮਾਸਕ ਲਾਏ ਹੋਣ ਉਹਦੇ ਬਾਅਦ ਭਾਵੇਂ ਆ ਕੇ ਵਾਪਸ ਆਪਦੀ ਗੱਡੀ 'ਚ ਹੀ ਲਾਓ ਹੁਣ ਤਾਂ ਉਹਨਾਂ ਨੇ ਹੋਰ ਸਹੂਲਤ ਕਰਤੀ ਹੈ ਜਿੱਦਾਂ ਤੁਹਾਨੂੰ ਵੀਡੀਓ 'ਚ ਦੇਖਿਆ ਉਹ ਵੈਕਸੀਨ ਵੀ ਲਾਉਣ ਲੱਗ ਗਏ ਉੱਥੇ ਹਾਂ ਹਾਂ ਤੁਸੀਂ ਡਰਾਈਵ ਥਰੂ ਜਾਓ ਵੈਕਸੀਨ ਲਵਾਓ ਬੂਥ ਬਣ ਗਿਆ ਹੈਗਾ ਵੈਕਸੀਨ ਦਾ ਨਾ ਇਹ ਜੇ ਕਿਸੇ ਨੇ ਵੈਕਸੀਨ ਲਵਾਉਣੀ ਆ ਤਾਂ ਕਿ ਕੁਇਕਲੀ ਕਵਰ ਖੋਲ ਲਵੇ ਪੂਰਾ ਨਿਊਜ਼ੀਲੈਂਡ ਵੈਕਸੀਨ ਵਾਸਤੇ ਤੇ ਅੱਜ ਦੀ ਵੀਡੀਓ ਇਸੇ ਬਾਰੇ ਸੀਗੀ ਕਿ ਅਸੀਂ ਬਹੁਤ ਗਲੈਡ ਆ ਕਿ ਅਸੀਂ ਇਸ ਰਿਲੀਜਨ ਨੂੰ ਬਿਲੋਂਗ ਕਰਦੇ ਆ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ ਕਿ ਸਾਡਾ ਰਿਲੀਜਨ ਜੋ ਹੈ ਇਨਸਾਨੀਅਤ ਦੇ ਬਾਰੇ ਹੈ ਨਾ ਕਿ ਕਰਮ ਗਣਨਾ ਦੇ ਬਾਰੇ ਤੇ ਇਸੇ ਗੱਲ ਦੀ ਖੁਸ਼ੀ ਹੁੰਦੀ ਆ ਕਿਉਂਕਿ ਬਹੁਤ ਹੀ ਉਮਦਾ ਸੋਚ ਦੇ ਨਾਲ ਸਾਡੇ ਲੋਕ ਚੱਲਦੇ ਨੇ ਹਨਾ ਤੇ ਤੁਸੀਂ ਸਾਡੀ ਵੀਡੀਓਜ਼ ਦੇਖਦੇ ਰਹੋ ਇਦਾਂ ਹੀ ਅਸੀਂ ਨਵੀਂ ਨਵੀਂ ਚੀਜ਼ਾਂ ਦਿਖਾਉਂਦੇ ਰਵਾਂਗੇ ਥੈਂਕ ਯੂ ਸੋ ਮਚ ਫੋਰ ਵਾਚਿੰਗ ਧੰਨ ਗੁਰਨਾਨ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ